ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਸਾਰਿਆਂ ਦਾ? ਉਮੀਦ ਆ ਸਾਰੇ ਠੀਕ ਹੋਵੋਗੇ। ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ। ਤੇ ਤੁਸੀਂ ਸਾਹਮਣੇ ਦੇਖ ਰਹੇ ਹੋ ਜੀ, ਯਾਦਗਾਰੀ ਜੱਟਿਆਣਾ ਮੋੜ ਦੀ ਸਮਾਧ ਤੇ ਆਪਾਂ ਪਹੁੰਚੇ ਹੋਏ ਜੀ। ਆਹ ਦੇਖੋ, ਇੱਥੇ ਬੈਂਚ ਲੱਗੇ ਹੋਏ ਨੇ ਤੇ ਆਹ ਨੈਸ਼ਨਲ ਹਾਈਵੇ ਜਾ ਰਿਹਾ ਜੀ ਦਿੱਲੀ ਵਾਲਾ, ਤੇ ਮੌੜਾ ਪਿੰਡ ਖੜੇ ਹਾਂ ਜੀ ਆਪਾਂ, ਜਿਹੜਾ ਦਿੜਬਾ ਰੋਡ ਤੇ ਹੈ ਜੀ। ਤੇ ਰੋਡ ਪਾਤਰਾਂ ਨੂੰ ਅੱਗੇ ਲੰਘ ਜਾਂਦਾ ਜਿਹੜਾ ਨੈਸ਼ਨਲ ਰੋਡ ਚੱਲਦਾ, ਤੇ ਉਹ ਆਪਾਂ ਜਿਉਣੇ ਮੋੜ ਦੀ ਸਮਾਧ ਤੇ ਇੱਥੇ ਦਰਸ਼ਨ ਕਰਨੇ ਜੀ, ਕਰਵਾਉਂਦੇ ਤੁਹਾਨੂੰ। ਤੇ ਨਾਲ ਹੀ ਇੱਥੇ ਗੁਰਦੁਆਰਾ ਸਾਹਿਬ ਹੈ ਚੋਣਾ ਮੋੜਾ ਪਿੰਡ 'ਚ, ਤੇ ਆਕਾਸ਼ਦੀਪ ਆਪਣੇ ਨਾਲ ਨੇ ਜੀ। ਹੋਰ ਜੀ ਆਪਾਂ ਜਿਉਣੇ ਮੋੜ ਦੀ ਸਮਾਧ ਤੇ ਪਹੁੰਚ ਚੁੱਕੇ ਨੇ। ਆਹ ਦੇਖ ਸਕਦੇ ਹੋ ਤੁਸੀਂ, ਅਸੀਂ ਇੰਟਰਵਿਊਆਂ 'ਚ ਦੇਖਿਆ ਸੀ, ਫਿਲਹਾਲ ਅਸੀਂ ਅੱਜ ਆਪ ਦੇਖਣ ਆਏ ਹਾਂ ਜੀ। ਤੇ ਦਰਸ਼ਨ ਕਰ ਸਕਦੇ ਹੋ ਜੀ ਤੁਸੀਂ, ਆਹ ਇੱਥੇ ਬੁੱਤ ਲੱਗਿਆ ਹੋਇਆ ਜੀ। ਇੱਥੇ 2013-20 ਹੈ ਨਾ ਹੋਇਆ ਹੋਇਆ ਜੀ, ਥੋੜ੍ਹਾ ਕੁ ਟਾਈਮ ਹੋਇਆ ਬਣੇ ਨੂੰ। ਇਹ ਤਾਂ ਸਾਨੂੰ ਵੀ ਥੋੜ੍ਹੇ ਇੰਟਰਵਿਊ ਕਰਕੇ ਪਤਾ ਲੱਗਿਆ ਜੀ, ਪਹਿਲਾਂ ਸਾਨੂੰ ਵੀ ਨਹੀਂ ਪਤਾ ਸੀ ਮੋੜਾ ਪਿੰਡ ਕਿੱਥੇ ਹੈ। ਅਤੇ ਸੰਗਰੂਰ ਜ਼ਿਲ੍ਹੇ 'ਚ ਪੈ ਜਾਂਦੇ ਜੀ ਮੋੜਾ ਪਿੰਡ, ਆਲੇ ਦੁਆਲੇ ਦੇਖ ਸਕਦੇ ਲੋਕੇਸ਼ਨ ਹੈ। ਅਤੇ ਇੱਥੇ ਇਹਨਾਂ ਨੇ ਸਮਾਧ ਬਣਾਈ ਹੋਈ ਹੈ। ਜਦੋਂ ਤੁਸੀਂ ਦਿੜਬਾ ਰੋਡ 'ਤੇ ਜਾਵੋ, ਸੰਗਰੂਰ ਦਿੜਬਾ ਰੋਡ 'ਤੇ ਜਿਹੜਾ ਨੈਸ਼ਨਲ ਹਾਈਵੇ ਹੈ ਜੀ, ਤਾਂ ਤੁਹਾਨੂੰ ਸਾਹਮਣੇ ਦਿਖ ਜੂਗਾ ਜੀ ਜੱਟ ਜਾਣ ਮੋੜ ਦੀ ਸਮਾਧ। ਅਤੇ ਆਹ ਦੇਖ ਸਕਦੇ ਹੋ ਤੁਸੀਂ, ਅਤੇ ਫਿਲਮਾਂ ਬਹੁਤ ਬਣ ਚੁੱਕੀਆਂ ਨੇ ਜੀ ਜਿਉਣਾ ਮੋੜ 'ਤੇ। ਅਤੇ ਹੁਣ ਫਿਲਹਾਲ ਨਵੀਂ ਫਿਲਮ ਬਣੀ ਹੈ ਜੀ, ਨਾ ਐਮੀ ਵਿਰਕ ਉਹਨਾਂ ਨੇ ਬਣਾਈ ਆ, ਅਤੇ ਸਾਰੀਆਂ ਇੰਟਰਵਿਊ ਅਸੀਂ ਇੱਥੇ ਹੀ ਖੜ ਕੇ ਸੁਣੀਆਂ ਨੇ ਜਿੰਨੀਆਂ ਵੀ ਹੁਣ ਦੇਖੀਆਂ ਨੇ। ਹੋਰ ਜੀ ਕਾਸ਼ ਜੀ, ਕਿਵੇਂ ਲੱਗਿਆ? ਬਹੁਤ ਵਧੀਆ ਲੱਗਿਆ ਜੀ, ਸੁੱਖ ਨਾਲ ਮੇਰੇ ਨਾਨਕੇ ਹੀ ਇੱਧਰ ਨੇ। ਹਾਂ, ਜਿਉਣਾ ਮੋੜਾ ਦੇ ਪਿੰਡ ਖਣੀ, ਅਤੇ ਇਹਦੇ ਨਾਨਕੇ ਆਏ ਸੀ ਤਾਂ ਕਰਕੇ, ਅਤੇ ਸਾਡੇ ਦਰਸ਼ਨ ਹੋ ਚੁੱਕੇ ਨੇ ਦੇਖ ਸਕਦੇ ਹੋ ਤੁਸੀਂ। ਦੇਖੋ ਜੀ ਬਹੁਤ ਲੱਗਿਆ ਹੋਇਆ ਇੱਧਰ ਜਿਉਣਾ ਮੋੜ ਦੀ ਸਮਾਧ 'ਤੇ ਜੀ, ਦਰਸ਼ਨ ਕਰ ਲਏ ਨੇ। ਆਹ ਦੇਖੋ ਬੋਰਡ, ਆਹ ਬੋਰਡ ਪਹਿਲਾਂ ਦਿਖਾਤਾ ਜੱਟ ਜਿਉਣਾ, ਇੱਧਰ ਬੋਰਡ ਲੱਗਿਆ ਹੋਇਆ ਜੀ ਜਿਉਣਾ ਮੋੜ ਫਿਲਮ ਦਾ, ਜਿਹੜੀ 9 ਜੂਨ ਨੂੰ ਰਿਲੀਜ਼ ਹੋਈ ਸੀ ਸਿਨੇਮਾ ਘਰਾਂ ਦੇ ਵਿੱਚ ਹੈ। ਆ ਗੇਟ ਲਾ ਦੇ, ਲਾ ਦੇ ਗੇਟ। ਰੋਡ ਕਾਫੀ ਚੱਲਦਾ ਜੀ, ਇਹ ਹਾਈਵੇ ਨੈਸ਼ਨਲ ਹਾਈਵੇ ਹੈ ਜੀ। ਇੱਥੇ ਸਾਹਮਣੇ ਹਨੂੰਮਾਨ ਜੀ ਦਾ ਮੰਦਰ ਬਣਿਆ ਹੋਇਆ, ਬਾਕੀ ਇੱਥੇ ਹੌਲੀ ਹੌਲੀ ਹੋਰ ਵੀ ਇਹਦੇ ਆਲੇ ਦੁਆਲੇ, ਮੈਂ ਕਹਿੰਦਾ ਜੇ ਮੂਰਤ ਦੇ ਆਲੇ ਦੁਆਲੇ ਸ਼ੀਸ਼ੇ ਲੱਗ ਜਾਣ ਤਾਂ ਬਹੁਤ ਹੀ ਵਧੀਆ, ਕਿਉਂਕਿ ਕਾਂ ਕੂੰ ਕੋਈ ਵੀ ਪੰਛੀ ਉੱਥੇ ਬਿੱਠਾ ਨਾ ਕਰ ਸਕੇ। ਚਲੋ ਫਿਲਹਾਲ ਸਾਨੂੰ ਦਿਓ ਯਾਦ, ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਸ਼ੇਅਰ ਜ਼ਰੂਰ ਕਰੋ, ਸ਼ੇਅਰ ਜ਼ਰੂਰ ਕਰੋ, ਅਤੇ ਵੱਧ ਤੋਂ ਵੱਧ ਲਾਈਕ ਕਰੋ, ਕਮੈਂਟ ਕਰੋ ਜੀ। ਤੁਹਾਨੂੰ ਦੱਸ ਦਿੱਤਾ ਜੀ ਪਿੰਡ ਮੋੜਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਹੈ ਜੀ, ਦਿੜਬਾ ਰੋਡ 'ਤੇ ਸਥਿਤ ਹੈ ਜੀ। ਆਹ ਦੇਖ ਸਾਨੂੰ ਰੋਡ ਜਾ ਰਿਹਾ ਜੀ ਸੰਗਰੂਰ, ਆਹ ਦੇਖ ਸਾਨੂੰ ਸਾਰੇ ਐਡਵਰਟਾਈਜਮੈਂਟ ਲੱਗੀਆਂ ਪਈਆਂ ਨੇ, ਉਸ ਪਾਸੇ ਵੀ ਬੋਰਡ ਲੱਗਿਆ ਪਿਆ। ਹਾਂ ਜੀ, ਮੋੜਾ ਪਿੰਡ ਦਾ ਚੌਂਕ ਕਾਫੀ ਪਿੰਡ ਦੇ ਵਿਚਾਲੇ ਹੈ ਜੀ, ਅਤੇ ਆ ਚੁੱਕਿਆ ਜੀ ਪਿੰਡ ਮੋੜਾ ਦਾ ਕਹਿੰਦੇ ਚੌਂਕ, ਇੱਕ ਚੌਂਕ ਹੋਰ ਹੈ ਉਹ ਹੋਰ ਤੇ ਮੈਨੂੰ ਤਾਂ ਪਿੱਪਲ ਜਿਹੇ ਥੱਲੇ ਬੈਠੀ ਸੀ ਉਹੀ ਆ। ਚਲੋ ਇੰਟਰਵਿਊ 'ਚ ਹੋਰ ਤਰ੍ਹਾਂ ਲਾ ਲਓ, ਅਤੇ ਦੇਖ ਸਕਦੇ ਪਿੰਡ ਮੋੜਾ ਜੀ, ਬਸ ਪਿੰਡ ਮੋੜਾ 'ਚ ਸਾਨੂੰ ਵੀ ਹੁਣ ਪਤਾ ਲੱਗ ਗਿਆ ਆਹ ਮੋੜਾ ਦਾ ਜਿਉਣਾ ਮੋੜ, ਕਾਫੀ ਵੱਡਾ ਪਿੰਡ ਹੈ ਵੀ।